ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ੁਭ ਦੀ ਆਉਣ ਵਾਲੀ ਨਵੀਂ ਐਲਬਮ ਸਟਿਲ ਰੋਜ਼ਨ ਦੇ ਟ੍ਰੇਲਰ ਬਾਰੇ, ਜੋ ਕਿ ਥੋੜੀ ਦੇਰ ਪਹਿਲੇ ਸ਼ੁਭ ਦੇ ਆਫੀਸ਼ੀਅਲ ਚੈਨਲ ਤੇ ਰਿਲੀਜ਼ ਕੀਤਾ ਗਿਆ। ਹੁਣ ਤੱਕ ਉਹਨੂੰ ਲੱਖ ਤੂਤੇ ਬੰਦਿਆਂ ਨੇ ਵੇਖ ਵੀ ਲਿਆ। ਗੱਲ ਕਰੀਏ ਟ੍ਰੇਲਰ ਦੀ, ਤੇ ਵਿੱਚ ਸਭ ਤੋਂ ਪਹਿਲੇ ਕੈਲੀਫੋਰਨੀਆ ਦੀਆਂ ਸੜਕਾਂ ਤੇ ਕੁਝ ਸੀਨ ਆਪਾਂ ਨੂੰ ਐਂਟੀਕ ਰੌਕ ਵਾਲਾ ਗੇਮਸ ਦੇ ਨਜ਼ਰ ਆਉਂਦੇ ਨੇ, ਜਿੰਦੇ ਤੇ ਇਨਸਰਟ ਕੋਇਨ ਸਕਰੀਨ ਨਜ਼ਰ ਆ ਰਹੀ ਹੁੰਦੀ। ਉਸ ਤੋਂ ਬਾਅਦ ਸ਼ੁਭ ਕੁਝ ਆਰਡਰ ਕਰਦਾ ਖਾਣ ਵਾਸਤੇ, ਤੇ ਖਾਣ ਤੋਂ ਬਾਅਦ ਬਾਹਰ ਉਹਨੂੰ ਨਜ਼ਰ ਆ ਰਹੀ ਹੁੰਦੀ ਉਹਦੀ ਗੱਡੀ, ਤੇ ਗੱਡੀ ਵੱਲੋਂ ਚਲਾ ਜਾਂਦਾ। ਗੱਡੀ ਦੀ ਨੰਬਰ ਪਲੇਟ ਤੇ ਲਿਖਿਆ ਹੁੰਦਾ ਡੱਬ 32 ਬੋਰ, ਤੇ ਕੈਲੀਫੋਰਨੀਆ ਦੀ ਨੰਬਰ ਪਲੇਟ ਲੱਗੀ ਹੁੰਦੀ। ਗੱਡੀ 'ਚ FM ਵਿੱਚ ਗਾਣਾ ਲੱਗਾ ਹੁੰਦਾ ਵੀ ਰੋਲਿਨ, ਤੇ ਉਹਦੀ ਥੋੜੀ ਜਿਹੀ ਆਵਾਜ਼ ਛੱਡਦਾ, ਤੇ ਬੋਸ ਜੀ ਆਪਾਂ ਨੂੰ ਥੋੜੇ ਜਿਹੇ ਸਿਨੇਮੈਟਿਕ ਸ਼ਾਟਸ ਵਿਖਾਏ ਜਾਂਦੇ ਨੇ। ਫਿਰ ਸ਼ੁਭ ਹੁਣੀ ਲਾਸ ਏਂਜਲਸ ਦੀ ਸੜਕਾਂ ਤੇ ਗੱਡੀ ਨੂੰ ਫੰਡ ਰੱਖਦੇ ਨੇ, ਤੇ ਉੱਤੇ ਹੈਲੀਕਾਪਟਰ ਪੁਲਿਸ ਦੇ ਹੁੰਦੇ ਮਗਰ ਉਹਦਾ ਪਿੱਛਾ ਕਰ ਰਹੇ ਹੁੰਦੇ ਨੇ, ਜਿੱਥੋਂ ਇਹ ਲੱਗਦਾ ਕਿ ਸ਼ੁਭ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਇੱਕ ਕੋਈ ਵੱਡੀ ਵਾਰਦਾਤ ਪਾ ਕੇ ਆਇਆ ਹੈ। ਗਾਣੇ ਦੀ ਵੀਡੀਓ ਵਾਈਬ ਹਲਕੀ ਹਲਕੀ ਹਨੀ ਸਿੰਘ ਦੇ ਯਾਰ ਤੇਰਾ ਸੁਪਰਸਟਾਰ ਗਾਣੇ ਵਰਗੀ ਵੀ ਲੱਗ ਰਹੀ ਹੁੰਦੀ, ਕਿਉਂਕਿ ਬਹੁਤ ਹੀ ਲੈਵਿਸ਼ ਕਿਸਮ ਦੀ ਵਾਈਬਸ ਦੇ ਰਹੀ ਹੁੰਦੀ। ਤੇ ਉਸ ਤੋਂ ਬਾਅਦ ਐਂਡ ਤੇ ਪਤਾ ਲੱਗਦਾ ਕਿ 19 ਮਈ ਨੂੰ ਫੁੱਲ ਐਲਬਮ ਰਿਲੀਜ਼ ਕਰਤੀ ਜਾਣੀ। ਬਾਕੀ ਗੱਲ ਕਰੀਏ ਕਰਨ ਔਜਲਾ ਦੀ, ਤੇ ਕਰਨ ਔਜਲਾ ਨੇ ਮੇਰੀ ਜਾਨ ਕੁਝ ਦਿਨ ਪਹਿਲੇ ਮੇਕਿੰਗ ਮੈਮਰੀਜ਼ ਤੋਂ ਆਦੇ ਇੰਸਟਾ ਤੇ ਸਟੋਰੀਆਂ ਪਾਈਆਂ ਸਨ, ਜਿੰਦੇ ਤੋਂ ਪਤਾ ਲੱਗਦਾ ਕਿ ਉਹਦੀ ਆਉਣ ਵਾਲੀ ਨਵੀਂ ਐਲਬਮ ਦਾ ਨਾਮ ਮੇਕਿੰਗ ਮੈਮਰੀਜ਼ ਹੋ ਸਕਦਾ ਹੈ। ਅੱਜ ਇੱਕ ਹੋਰ ਜਗ੍ਹਾ ਤੋਂ ਇਹਦੀ ਪੂਰੀ ਰਿਪੋਰਟ ਓਕੇ ਕਰਤੀ ਗਈ ਹੈ। ਦੀਪ ਰਿਆਨ ਨੇ ਆਦੇ ਆਫੀਸ਼ੀਅਲ ਇੰਸਟਾ ਤੇ ਸਟੋਰੀ ਪਾਈ, ਜਿੰਦੇ ਤੇ ਮੇਕਿੰਗ ਮੈਮਰੀਜ਼ ਦਾ ਹੈਸ਼ਟੈਗ ਲਾਇਆ, ਜਿੱਥੋਂ ਇਹ ਕਨਫਰਮ ਹੋ ਗਿਆ ਕਿ ਔਜਲੇ ਦੀ ਐਲਬਮ ਦਾ ਨਾਮ ਮੇਕਿੰਗ ਮੈਮਰੀਜ਼ ਹੀ ਹੋਣ ਜਾਏਗਾ। ਬਾਕੀ ਉਹਦੀ ਐਲਬਮ ਵੀ ਆਪਾਂ ਨੂੰ 1-1.5 ਮਹੀਨੇ ਦੇ ਅੰਦਰ ਸੁਣਨ ਨੂੰ ਮਿਲੇਗੀ। ਸ਼ੁਭ ਦੀ ਐਲਬਮ ਦਾ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਥੱਲੇ ਕਮੈਂਟਾਂ ਜ਼ਰੂਰ ਦੱਸਿਆ ਜੇ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ, ਤਦ ਤੱਕ ਲਵ ਯੂ ਗਾਇਜ਼।